जग्रह धर्म करे जग्रह धर्म करे नहीं ता नहीं ता कर बराग नहीं ता कर बराग
ਅਕੈਡਮੀ ਦਾ ਆਰੰਭ ਹੋਇਆ ਸੀ ਉਦੋਂ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਆਰੰਭ ਹੋਈ ਸੀ ਸਮਾਂ ਲੰਘਦਾ ਗਿਆ ਲੜੀ ਚੱਲਦੀ ਰਹੀ ਅੱਜ ਇੰਨੇ ਸਮੇਂ ਬਾਅਦ
उस बाबा कबीर जी दी बाणी दी संपूर्ण लड़ी समाप्त हो रही होते है। मैं खुशी प्रतीत करना कि मेरे सतगुरु ने दास को इस सेवा ली। महसूस यह भी करना अज साडे सामने बाबा कबीर जी दी लड़ी दी समाप्ति कबीर जी दे श्लोकां दा आखरी श्लोक है, पर इन्ने तां आउण वाले जीवन लई एक दरवाजा खोल दिता है। सज्जनो जदों मैं इस श्लोक दी विचार विच गया तां हैरान हो गया कि पूरे जीवन दी पूरी जिंदगी दी सारी कहानी इस दो लाइना विच बाबा कबीर जी ने संपूर्ण कर दिती। अज मेरा दिल चाहता है आपां उनका आरंभ करिए। एक लफज उनके विच सारी कहानी, मत समझियो कि एक लाइन विच, बल्कि लाइन विचों अगे एक लफज विच। हुण उस लफज ते खलो के आपां विचार आरंभ करिए। बाबा कबीर जी कहंदे ने, कबीर जो ग्रह ता धर्म कर। गुरबाणी विच एक सवाल साडे सामने आया है, क्योंकि धर्म दे खेतर विच जिहड़ा असीं देखने आ, साडे सामने दो वख वखरी कैटेगरी ने, दो विचारधारा ने। सतगुरु ने बाणी विच भी आख्या है, एक विचारधारा नूं प्रवृत्ति मार्ग आखदे ने, भाव संसारिक दुनिया विच दुनियादारी विच जीवन वाला प्रवृत्ति मार्ग, ते दूजरा जिहड़ा प्रवृत्ति मार्ग तों त्याग करके जंगलां विच डेरियां विच भोरियां विच जीवन बिताण वाला है, उन्नू निर्विरति मार्ग आखदे ने। संखेप विच उदासी निर्विरति मार्ग विचों पैदा होए, जंगलां विच रहन वाले जोगी निर्विरति मार्ग विचों पैदा हो गए। पर असी तुसी जेड़े संसार दे विहार करन वाले दुनियादार कारोबारी परिवारां नाल संबंध रखन वाले परिवारक जिम्मेवारियां भुगतान वाले, ते उन्हां जिम्मेवारियां नूं किवें नबेड़ना है, किवें सिरे चढ़ाना है, उस कार्ज नूं आरंभ करन वाले एक ए लोग ने जिन्हां नूं गुरबाणी ने गिरही आख्या है। सवाल भी पैदा हो गया, अज तक इस विचार नूं असी
ਵਿਚਾਰਾਂ ਦੀ ਦੁਨੀਆ ਵਿੱਚ ਬਹੁਤ ਵਾਰ ਡਿਸਕਸ ਕੀਤਾ ਹੈ, ਪਰ ਮੈਂ ਬਾਬਾ ਕਬੀਰ ਜੀ ਦੇ ਇਹ ਆਖਰੀ ਸਲੋਕ ਵਿੱਚੋਂ ਜਦੋਂ ਇਹ ਚੀਜ਼ ਦੇਖੀ ਤਾਂ ਹੈਰਾਨ ਹੋਇਆ, ਇੱਕ ਭੇਤ ਖੁੱਲ ਗਿਆ, ਭੇਤ ਖੁੱਲ ਗਿਆ। ਉਹ ਇਹ ਕਿ ਜਿਹੜਾ ਇਹ ਪ੍ਰਵਿਰਤੀ ਮਾਰਗ ਹੈ ਜਿਹਨੂੰ ਗਿਰੀ ਆਖਦੇ ਨੇ, ਕੌਣ ਹੈ, ਤੇ ਜਿਹੜਾ ਨਿਰਵਿਰਤੀ ਮਾਰਗ ਹੈ ਜਿਹਨਾਂ ਨੂੰ ਉਦਾਸੀ ਆਖਦੇ ਨੇ, ਉਹ ਕੌਣ ਹੈ। ਗੁਰਬਾਣੀ ਨੇ ਇਹ ਸਵਾਲ ਖੜਾ ਕੀਤਾ, ਕੌਣ ਗਿਰਹੀ ਕੌਣ ਉਦਾਸੀ, ਗੁਰਬਾਣੀ ਦੀ ਲਾਈਨ ਹੈ। ਗਿਰਹੀ ਕਿਹੜਾ ਹੈ, ਉਦਾਸੀ ਕਿਹੜਾ ਹੈ, ਇਹਨਾਂ ਦਾ ਆਪਸ ਵਿੱਚ ਵਖੇਵਾਂ ਕਿਵੇਂ ਹੈ। ਬਲਕਿ ਭਾਈ ਗੁਰਦਾਸ ਜੀ ਦੇ ਵਿਚਾਰਾਂ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਦਾ ਭੇਖ ਉਤਾਰਿਆ, ਚਾਰ ਉਦਾਸੀਆਂ ਤੋਂ ਬਾਅਦ ਮੁੜ ਕੇ ਸੰਸਾਰਿਕ ਵਸਤਰ ਪਾ ਕੇ ਆ ਕੇ ਕਿਰਤ ਜ਼ਿਮੀਂਦਾਰਾ ਸ਼ੁਰੂ ਕੀਤਾ ਕਰਤਾਰਪੁਰ ਵਿੱਚ। ਉਸ ਤੋਂ ਬਾਅਦ ਜਦੋਂ ਉਹ ਜੋਗੀ ਉਹ ਸਿੱਧ ਨਾਥ ਗੁਰੂ ਨਾਨਕ ਨੂੰ ਮਿਲੇ, ਵੇਖ ਕੇ ਹੈਰਾਨ ਹੋਏ ਅਤੇ ਇੱਥੋਂ ਤੱਕ ਲਫਜ਼ ਵਰਤ ਦਿੱਤੇ, ਪੁੱਛੇ ਜੋਗੀ ਭੰਗਰ ਨਾਥ, ਭਾਈ ਗੁਰਦਾਸ ਮੁਤਾਬਕ, ਮੈਂ ਚਾਹਾਂਗਾ ਕਿ ਅੱਜ ਆਪਾਂ ਬਾਬਾ ਕਬੀਰ ਜੀ ਦੇ ਆਖਰੀ ਸਲੋਕ ਦੀ ਵਿਚਾਰ ਹੋ ਸਕਦਾ ਇੱਕ ਦਿਨ ਵਿੱਚ ਸਮਾਪਤ ਨਾ ਕਰ ਸਕਾਂ ਕਿਉਂਕਿ ਇੰਨਾ ਵਿਸਥਾਰ ਹੋ ਗਿਆ। ਭਾਈ ਗੁਰਦਾਸ ਕਹਿੰਦੇ ਨੇ ਉਸ ਨਿਰਵਿਰਤੀ ਮਾਰਗ ਵਾਲੇ ਸਿੱਧ ਨਾਥ ਜੋਗੀਆਂ ਨੇ ਜਦੋਂ ਗੁਰੂ ਨਾਨਕ ਨੂੰ ਪ੍ਰਵਿਰਤੀ ਮਾਰਗ ਵਿੱਚ ਵੇਖਿਆ, ਜ਼ਿਮੀਂਦਾਰਾ ਸ਼ੁਰੂ ਕਰ ਦਿੱਤਾ। ਹਾਲਾਂਕਿ ਗੁਰੂ ਨਾਨਕ ਨੇ ਸਿਰਫ ਜ਼ਿਮੀਂਦਾਰਾ ਹੀ ਯਾਰਾਂ ਬਣੇ, ਇਸ ਤੋਂ ਪਹਿਲਾਂ ਕਦੇ ਮੋਦੀਖਾਨੇ ਦੁਕਾਨਦਾਰੀ ਵੀ ਕੀਤੀ ਸੀ, ਕਦੀ ਮੱਝਾਂ ਵਿਚਾਰੀਆਂ ਸਨ, ਗੁਰੂ ਨਾਨਕ ਪਰਿਵਾਰਕ ਵੀ ਸੀ, ਉਹ ਸਾਂਝਾਂ ਵੀ ਕਾਇਮ ਕੀਤੀਆਂ ਸਨ। ਪਰ ਅੱਜ ਸਿੱਧ ਨਾਥ ਜੋਗੀ ਨੂੰ ਇਸ ਗੱਲ ਦਾ ਗੁੱਸਾ ਨਾਰਾਜ਼ਗੀ ਆਈ ਕਿ ਇਹ ਤਾਂ ਪ੍ਰਵਿਰਤੀ ਮਾਰਗ ਨੂੰ ਤਿਆਗ ਕੇ ਉਦਾਸੀ ਬਣਿਆ ਸੀ ਖੋਰੇ, ਅਤੇ ਹੁਣ ਜੇ ਉਦਾਸੀ ਧਾਰਨ ਕਰਨ ਤੋਂ ਬਾਅਦ ਮੁੜ ਪ੍ਰਵਿਰਤੀ ਮਾਰਗ ਵਿੱਚ ਆਇਆ ਹੈ ਤਾਂ ਇਹਦੇ 'ਚ ਸਾਡੀ ਤੋਹੀਨ ਹੈ ਕਿ ਖੌਰੇ ਪ੍ਰਵਿਰਤੀ ਮਾਰਗ ਵਿੱਚ ਇਸ ਨੂੰ ਕੋਈ ਘਾਟਾ ਨੁਕਸਾਨ ਨਜ਼ਰ ਆਇਆ। ਤਾਂ ਉਸ ਗੁੱਸੇ ਨਾਲ ਉਸ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਹਾਂ, ਭਾਈ ਗੁਰਦਾਸ ਜੀ ਦੇ ਜ਼ਬਾਨ ਤੋਂ ਇੱਕ ਲਫਜ਼ ਨੇ ਕਹਿਣ ਲੱਗੇ, ਪੁੱਛੇ ਜੋਗੀ ਭੰਗਰ ਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਨਿਰਵਿਰਤੀ ਮਾਰਗ ਇੱਕ ਦੁੱਧ ਵਰਗਾ ਸੀ, ਤੂੰ ਉਹਦੇ ਵਿੱਚ ਕਾਂਜੀ ਪਾ ਦਿੱਤੀ, ਫਿੱਟਿਆ ਚਾਟਿਆ ਦੁੱਧ ਦਾ ਫਿਰਕਿਆ ਮੱਖਣ ਹੱਥ ਨਾ ਆਈ, ਇਹਦੇ ਵਿੱਚ ਤੈਨੂੰ ਕੀ ਮਿਲ ਜਾਣਾ ਹੈ, ਸਵਾਲ ਕਰ ਲੈ। ਕਿਉਂਕਿ ਇਹ ਉਸ ਗੱਲ ਦਾ ਜਵਾਬ ਹੈ ਜਿਹੜਾ ਗੁਰਬਾਣੀ ਦਾ ਇੱਕ ਲਫਜ਼ ਹੈ, ਕੌਣ ਗਿਰੀ ਕੌਣ ਉਦਾਸੀ। ਭੰਗਰ ਨਸ ਜੋਗੀ ਪੁੱਛਦਾ ਹੈ ਤੇ ਅੱਗੇ ਜਾ ਕੇ ਬਾਬਾ ਜਵਾਬ ਦਿੰਦਾ, ਕਹਿੰਦਾ ਹੋਏ ਅਤੀਤ, ਹੋਏ ਅਤੀਤ ਗ੍ਰਸਤ ਤਜ। ਮੈਂ ਕੀ ਮਹਿਸੂਸ ਕੀਤਾ, ਬਾਬਾ ਕਹਿੰਦਾ ਮੈਂ ਕਿਉਂ ਪ੍ਰਵਿਰਤੀ ਮਾਰਗ ਵਿੱਚ ਆਇਆ, ਕਿਉਂਕਿ ਮੈਂ ਮਹਿਸੂਸ ਕੀਤਾ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਹੂੰ ਕੇ ਘਰ ਮੰਗਣ ਜਾਈ। ਤੂੰ ਅਤੀਤ ਬਣਿਆ, ਗ੍ਰਸਤ ਦਾ ਤਿਆਗ ਕੀਤਾ, ਗ੍ਰਹੀ ਨਾ ਰਿਹਾ, ਘਰ ਬਾਰ ਛੱਡਿਆ, ਪਰਿਵਾਰ ਛੱਡਿਆ, ਪਰ ਜਦੋਂ ਤੂੰ ਕੱਪੜਾ ਪਹਿਨਣਾ ਸੀ, ਜਦੋਂ ਤੂੰ ਆਹਾਰ ਭੋਜਨ ਛਕਣਾ ਸੀ, ਫਿਰ ਤੂੰ ਉਹਨਾਂ ਹੀ ਗ੍ਰਸਤੀਆਂ ਦੇ ਘਰ ਵਿੱਚ ਮੰਗਤਾ ਬਣ ਕੇ ਮੰਗਣ ਗਿਓ। ਤਾਂ ਮੈਨੂੰ ਇਉਂ ਨਜ਼ਰ ਆਉਂਦਾ ਵੀ ਜਿਵੇਂ ਤੂੰ
ਕਰਮ ਤੋਂ ਡਰਦਾ ਗਿਆ ਹੈ, ਕਿਉਂਕਿ ਮਸਲਾ ਕਰਮ ਦਾ ਆ ਗਿਆ ਇੱਥੇ। ਮੈਂ ਇਸ ਗੱਲ ਨੂੰ ਵਿਸਥਾਰ ਨਾਲ ਅਰਜ਼ ਕਰਨਾ ਚਾਹੁੰਦਾ, ਕਿਉਂਕਿ ਗੁਰਮਤ ਅਨੁਸਾਰ ਗ੍ਰਸਤ ਜਿਹੜਾ ਹੈ, ਪਰਿਵਾਰਕ ਜੀਵਨ ਜਿਹੜਾ ਹੈ, ਉਹ ਕਰਮ ਧਰਤੀ ਹੈ। ਕਰਮ ਇੱਥੇ ਸ਼ੁਰੂ ਹੁੰਦੇ ਨੇ। ਇਸੇ ਲਈ ਆਹ ਤਿੰਨ ਲਫਜ਼ ਵੀ ਜਿਹੜੇ ਨੇ, ਬੜੇ ਸੋਚੇ ਅਤੇ ਸਮਝਣ ਵਾਲੇ ਨੇ। ਜਿਹੜੇ ਅਸੀਂ ਆਮ ਕਰਕੇ ਕਹਿੰਦੇ ਹਾਂ ਵੀ ਗੁਰੂ ਨਾਨਕ ਦਾ ਹੁਕਮ ਹੈ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛੱਡਣਾ, ਉਹ ਕੀ ਹੈ? ਕਿਰਤ ਕੀ ਹੈ? ਕਰਮ ਕਿਰਤ ਕਰਮ ਨੂੰ ਹੀ ਕਹਿ ਤੇ ਕਿਰਤ ਕਰਨਾ ਜਿਹੜਾ ਹੈ ਇਹ ਕਰਮ ਹੈ, ਅਤੇ ਕਰਮ ਨੂੰ ਧਰਮ ਚਾਹੀਦਾ ਹੈ। ਗੁਰਮਤ ਅਨੁਸਾਰ ਆਪਾਂ ਕਈ ਵਾਰ ਲਫਜ਼ ਗੁਰਬਾਣੀ ਦੇ ਦ੍ਰਿੜ ਕੀਤੇ। ਅੱਜ ਬਹੁਤ ਤਵੱਜੋ ਦਿਓ ਜੀ, ਮੈਂ ਐਸਾ ਸਬਜੈਕਟ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਆਪਾਂ ਕਈ ਵਾਰ ਗੁਰਬਾਣੀ ਦਾ ਇੱਕ ਲਫਜ਼ ਸਾਂਝਾ ਕੀਤਾ ਕਿ ਧਰਮ ਕਮਾਵੈ ਧਰਮ ਕਰਾਵੈ ਕਰਮ ਧੁਰੋਂ ਫੁਰਮਾਇਆ। ਕਰਮ ਜਿੰਨਾ ਹੈ ਉਹਨੂੰ ਧਰਮ ਦੀ ਲੋੜ ਹੈ, ਧਰਮ ਦਾ ਹੋਰ ਕੋਈ ਮਤਲਬ ਨਹੀਂ। ਜਿਸ ਕਰਮ ਨਾਲ ਧਰਮ ਦਾ ਸੰਬੰਧ ਨਾ ਰਿਹਾ ਉਹ ਪਾਪ ਕਰਮ ਪਾਪ ਬਣ ਜਾਂਦਾ ਹੈ। ਇਹ ਖਿਆਲ ਕਰਿਓ, ਜਦੋਂ ਅਸੀਂ ਪ੍ਰਵਿਰਤੀ ਮਾਰਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਗੁਰਮਤ ਦੇ ਖੇਤਰ ਵਿੱਚ, ਜਿਸ ਨੂੰ ਅਸੀਂ ਗ੍ਰਸਤ ਆਸ਼ਰਮ ਵਿੱਚ ਪ੍ਰਵੇਸ਼ ਕਹਿੰਦੇ ਹਾਂ, ਆਨੰਦ ਕਾਰਜ, ਆਨੰਦ ਕਾਰਜ। ਉਹ ਆਨੰਦ ਕਾਰਜ ਕੀ ਸੀ ਜਿਹੜਾ ਮੈਂ ਐਗਜ਼ਾਮਪਲ ਵਜੋਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਉਹ ਆਨੰਦ ਕਾਰਜ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਲਾਮ ਪੜ੍ਹੋ, ਬੜਾ ਖੂਬਸੂਰਤ ਖੁਲਾਸਾ ਹੈ। ਕਹਿੰਦੇ ਨੇ ਹਰ ਪਹਿਲੜੀ ਲਾਮ, ਬੜੇ ਧਿਆਨ ਨਾਲ ਦੇਖਿਓ, ਅੱਜ ਅਸੀਂ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਵੀ ਬੈਠੇ ਹਾਂ। ਆ ਪ੍ਰਵਿਰਤੀ ਮਾਰਗ ਹੈ ਨਾ, ਕਿਸੇ ਬੱਚੇ ਬੱਚੇ ਨੇ ਗ੍ਰਿਸਤੀ ਹੋਣਾ ਹੈ, ਘਰਬਾਰੀ ਹੋਣਾ ਹੈ, ਪਰਿਵਾਰੀ ਹੋਣਾ ਹੈ, ਅਤੇ ਗੁਰੂ ਨੇ ਆਵਾਜ਼ ਦਿੱਤੀ ਹੈ, ਗੁਰੂ ਚੌਥੇ ਪਾਤਸ਼ਾਹ ਨੇ ਉਹਨੂੰ ਅੱਜ ਦੇ ਸਲੋਕ ਨਾਲ ਜ਼ਰਾ ਚੰਗੀ ਤਰ੍ਹਾਂ ਸੰਬੋਧਨ ਕਰਨਾ। ਪਹਿਲੜੀ ਲਾਮ ਕਹੀਏ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਪ੍ਰਵਿਰਤੀ ਕੀ ਹੈ? ਕਰਮ, ਕਿਉਂਕਿ ਜੇ ਰੋਜ਼ੀ ਕਮਾਉਣੀ ਹੈ ਤਾਂ ਗ੍ਰਹੀ ਨੇ ਕਮਾਉਣੀ ਹੈ। ਯੋਗੀ ਜੰਗਲਾਂ ਵਿੱਚ ਬੈਠੇ ਹੁਣ ਤਾਂ ਫਿਕਰ ਹੀ ਕੋਈ ਨਹੀਂ, ਉਹਨੇ ਮੰਗ ਕੇ ਖਾ ਲੈਣਾ। ਹੋ ਸਕਦਾ ਕਰਮ ਤੋਂ ਘਬਰਾਇਆ ਹੋਇਆ ਹੀ ਉਹ ਜੰਗਲਾਂ ਵਿੱਚ ਗਿਆ, ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਹਫਦਾ ਤਾਂ ਮਾਰਿਆ ਘਰ 'ਤੇ ਨੁਸਤਾ, ਜਿਹੜਾ ਘਰ ਛੱਡ ਕੇ ਭੱਜਿਆ ਨਾ ਜੰਗਲਾਂ ਵਿੱਚ ਗਿਆ, ਉਹ ਕਿਸੇ ਬਿਪਤਾ ਦਾ ਔਕੜਾਂ ਤੋਂ ਡਰਦਾ ਗਿਆ। ਮੈਨੂੰ ਉਹ ਪੰਜਾਬੀ ਦੀ ਇੱਕ ਪੁਰਾਣੀ ਕਹਾਵਤ ਯਾਦ ਆਈ, ਕਹਿੰਦੇ ਦੱਸਣ ਸਾਡੇ ਪਿੰਡਾਂ ਦੇ ਵਿੱਚ ਕਿ ਸਾਉਣੀ ਦਾ ਮਾਰਿਆ ਜੱਟ ਸਾਧ ਹੋ ਜਾਂਦਾ। ਕਿਉਂਕਿ ਮੈਨੂੰ ਹਰ ਵਕਤ ਜੀਵਨ ਦੀਆਂ ਕਈ ਗੱਲਾਂ ਯਾਦ ਰਹਿੰਦੀਆਂ, ਪੰਜਾਬੀ ਦੀ ਮਾਤਮੇ ਦੀ ਕਹਾਵਤ ਬਣੀ ਹੋਈ ਕਿ ਸਾਉਣੀ ਦਾ ਮਾਰਿਆ ਜੱਟ ਸਾਧ ਹੋ ਜਾਂਦਾ, ਕਿਉਂਕਿ ਸਾਉਣੀ ਦੇ ਦਿਨਾਂ ਅੰਦਰ ਚਰੀ ਬੜੀ ਉੱਚੀ ਉੱਚੀ ਫਸਲ ਹੈ, ਚਰੀ ਹੁੰਦੀ, ਅਤੇ ਸਾਉਣੀ ਦੇ ਦਿਨਾਂ ਅੰਦਰ ਸਾਵਣ ਭਾਦਰੋਂ ਦੇ ਦਿਨਾਂ ਅੰਦਰ ਹੀ ਜਦੋਂ ਬਾਰਿਸ਼ ਪੈਂਦੀ ਹੈ ਅਤੇ ਧਰਤੀ ਦੀ ਗਰਮੀ ਨਿਕਲਦੀ ਹੈ, ਉਹ ਹੁੰਦੀ ਹੈ ਭਾਫ ਗੁੰਮ, ਉਹ ਸਾਰਨੀ ਔਖੀ ਹੁੰਦੀ ਹੈ, ਅਤੇ ਛੋਟਾ ਖੇਤ ਨਹੀਂ ਹੁੰਦਾ ਉਹਦੇ ਵਿੱਚ ਫਸਲ ਜਿਹੜੀ ਹੁੰਦੀ ਉਹ ਸਾਉਣੀ ਦੀ ਚਰੀ ਲੰਬੀ ਲੰਬੀ ਹੁੰਦੀ, ਉਹਦੇ ਵਿੱਚ ਜੱਟ ਨੂੰ ਹੋਰ ਪਰੇਸ਼ਾਨੀ ਹੁੰਦੀ ਹੈ ਕੰਮ ਕਰਦਿਆਂ। ਅਤੇ ਲੋਕਾਂ ਨੇ ਕਹਾਵਤ ਬਣਾ ਦਿੱਤੀ ਕਿ ਸਾਉਣੀ ਦਾ ਮਾਰਿਆ ਹੋਇਆ ਜੱਟ ਸਾਧ ਹੋ ਜਾਂਦਾ। ਅਤੇ ਗੁਰਬਾਣੀ ਨੇ ਵੀ ਇੱਕ ਲਫਜ਼ ਵਰਤੀ, ਕਹਿਣ ਲੱਗੇ ਆਪਦਾ ਕਾ ਮਾਰਿਆ ਘਰ 'ਤੇ ਨਸਤਾ, ਕਿਉਂਕਿ ਘਰ ਜਿਹੜਾ ਉਹਦੇ ਵਿੱਚ ਜ਼ਿੰਮੇਵਾਰੀਆਂ ਨੇ। ਅਸੀਂ ਆਮ ਜੀਵਨ ਵਿੱਚ ਕਹਿ ਦਿੰਦੇ ਜਦੋਂ ਵਿਵਾਹ ਦੇ ਦਿਨ ਵੀ ਹੁੰਦੇ ਨੇ, ਬੱਚੇ ਬੱਚੇ ਨੂੰ ਮੁਖਾਤਬ ਕਰਦੇ ਹਾਂ, ਆਖੀਦਾ ਹੁਣ ਤੇਰੇ ਸਿਰ ਜ਼ਿੰਮੇਵਾਰੀਆਂ ਦੀ ਪੰਡ ਰਾ ਕੇ। ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਆਪਦਾ ਕੰਮ ਆ ਰਿਹਾ
ਧਰਤੇ ਨਸਦਾ ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਗੁਰਬਾਣੀ ਵਿੱਚੋਂ ਕਈ ਗੱਲਾਂ ਬੜੀਆਂ ਸਪਸ਼ਟ ਮਿਲਦੀਆਂ ਨੇ। ਗੁਰੂ ਕਹਿੰਦੇ ਨੇ ਮਖੱਟੂ ਹੋਏ ਕਿ ਕੰਨ ਪੜਾਏ। ਮਖੱਟੂ ਕਿਹਨੂੰ ਕਹਿੰਦੇ ਸਨ? ਜਿਹੜਾ ਖੱਟ ਕਮਾਈ ਨਾ ਕਰ, ਜਿਹੜਾ ਕਿਰਤ ਨਾ ਕਰ ਸਕਦਾ ਹੋਵੇ, ਜਿਹੜਾ ਰੋਜ਼ੀ ਕਮਾ ਨਾ ਸਕਦਾ ਹੋਵੇ, ਜਿਹੜਾ ਕੋਈ ਕਾਰੋਬਾਰ ਨਾ ਕਰ ਸਕਦਾ ਹੋਵੇ, ਉਹਨੂੰ ਕਹਿੰਦੇ ਸਨ ਇਹ ਮਖੱਟੂ ਹੈ। ਅਤੇ ਗੁਰਬਾਣੀ ਨੇ ਇਹ ਗੱਲ ਬਸ ਕਹਿਤੀ ਕਿ ਜਿਹੜਾ ਆਦਮੀ ਕਿਰਤ ਨਹੀਂ ਕਰ ਸਕਦਾ ਮਖੱਟੂ ਹੈ, ਉਹ ਅਖੇ ਕੰਨ ਪੜਾ ਕੇ ਭਾਵ ਕੰਨਾਂ 'ਚ ਮੁੰਦਰਾ ਪਾ ਕੇ ਸਾਧ ਬਣ ਜਾਂਦਾ, ਯੋਗੀ ਬਣ ਜਾਂਦਾ। ਗੁਰਬਾਣੀ ਦੇ ਲਫਜ਼ ਬੜੇ ਸਪਸ਼ਟ ਨੇ। ਹੈ ਫਿਰ ਕਰਦਾ ਕੀ ਹੈ? ਉਹ ਮਖੱਟੂ ਹੁੰਦਾ, ਖੱਟ ਕਮਾਈ ਕਿਰਤ ਕਰ ਨਹੀਂ ਸਕਦਾ, ਫਿਰ ਕਰਦਾ ਮੰਗਤਾ ਬਣਦਾ। ਮਖੱਟੂ ਹੋ ਕੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਗੁਰਬਾਣੀ। ਹੁਣ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜਾ ਗ੍ਰਹੀ ਹੈ, ਜਿੰਨਾ ਕਿ ਜਿਹੜਾ ਪਰਿਵਾਰ ਵਾਲਾ, ਉਹ ਮਖੱਟੂ ਨਹੀਂ ਹੋਣਾ ਚਾਹੀਦਾ। ਜਿਹੜਾ ਮਖੱਟੂ ਕੋਈ ਪਰਿਵਾਰ ਵਾਲਾ ਹੋਵੇਗਾ, ਜਿਹਨੂੰ ਕਿਰਤ ਕਰਨੀ ਨਹੀਂ ਆਉਂਦੀ, ਜਿਹੜਾ ਕਮਾਈ ਨਹੀਂ ਕਰ ਸਕਦਾ, ਉਹ ਸਫਲ ਗ੍ਰਹੀ ਨਹੀਂ ਹੋ ਸਕਦਾ। ਸਫਲ ਗ੍ਰਹੀ ਉਹ ਹੀ ਹੈ ਜਿਹੜਾ ਕਮਾ ਸਕਦਾ ਹੋਵੇ। ਹੁਣ ਦੂਜੇ ਪਾਸੇ ਇਹ ਹੈ ਕਿ ਕਿਰਤ ਜਿੰਨੀ ਹੈ ਉਹ ਕੋਈ ਲੋੜ ਪ੍ਰਤੀਤ ਕਰਾਉਂਦੀ, ਕਿਉਂਕਿ ਉਹਦੇ ਤੋਂ ਵੱਖ, ਜਦੋਂ ਧਰਮ ਤੋਂ ਵੱਖ ਕਿਰਤ ਹੋ ਜਾਏਗੀ, ਉਦੋਂ ਉਹ ਲਾਲਚ, ਉਹ ਚੋਰੀ ਬਣੇਗੀ, ਉਹ ਠੱਗੀ ਬਣੇਗੀ, ਉਹ ਰਾਹ ਮਾਰੀ ਕਰੇਗਾ। ਕਿਉਂਕਿ ਧਰਮ ਨੇ ਕਿਰਤ ਨੂੰ, ਕਰਮ ਨੂੰ ਪ੍ਰਵਿਰਤ ਕਰਨਾ, ਪਵਿੱਤਰ ਕਰਨਾ। ਇਸ ਲਈ ਗੁਰੂ ਨੇ ਕਹਿ ਦਿੱਤਾ ਧਰਮ ਕਰਾਏ ਕਰਮ। ਕਰਮ ਜਿਹੜਾ ਹੈ ਉਹ ਗ੍ਰਹੀ ਦੇ ਨਾਲ ਸੰਬੰਧ ਰੱਖਦਾ ਹੈ। ਔਰ ਇਸ ਲਈ ਲਾਮ ਦੀ ਇੱਕ ਪਹਿਲੀ ਲਾਈਨ ਆਪਾਂ ਪੜ੍ਹੀ ਸੀ ਕਿ ਹਰ ਪਹਿਲ ਜਿਹੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਉਹ ਕਰਮ ਦੜਾਉਂਦਾ। ਫਿਰ ਕਹਿੰਦੇ ਨੇ ਕਰਮ ਨਿਰਾਕਰਮ ਨਹੀਂ। ਕਿਉਂ ਕਹਿ ਦਿੱਤਾ? ਜੋ ਗ੍ਰਹਿ ਤਾਂ ਧਰਮ ਕਰ, ਬਾਬਾ ਕਬੀਰ ਜੀ ਦੇ ਇਸ ਲਫਜ਼ 'ਤੇ ਮੈਂ ਖਲੋਤਾ। ਇਹ ਲਫਜ਼ ਕਿਉਂ ਹੈ? ਜੋ ਗ੍ਰਹਿ ਤਾਂ ਧਰਮ ਕਰ। ਜੇ ਗ੍ਰਹੀ ਹੋਣਾ ਹੈ, ਜੇ ਪਰਿਵਾਰਕ ਹੋਣਾ ਹੈ, ਜੇ ਗ੍ਰਸਤੀ ਹੋਣਾ ਹੈ, ਤਾਂ ਧਰਮ ਕਰ। ਕਿਉਂ? ਕਿਉਂਕਿ ਕਰਮ ਜਿਹੜਾ ਹੈ ਧਰਮ ਵੀ ਹੋਣਾ ਹੋ ਕੇ ਪਾਪ ਹੋ ਜਾਂਦਾ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹਨਾਂ ਨੂੰ ਅਸੀਂ ਤਿਆਗਣਾ ਕਹਿੰਦੇ, ਇਹਨਾਂ ਨੂੰ ਦੁਸ਼ਮਣ ਆਖਣੇ ਸਮਝਦੇ। ਪਰ ਜੇ ਗ੍ਰਸਤੀ ਹੋਵੇ ਤਾਂ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਲੋੜ ਨਹੀਂ। ਕਾਮ ਦਾ ਤਿਆਗੀ ਹੋਵੇਗਾ, ਗ੍ਰਸਤੀ ਨਹੀਂ ਹੋ ਸਕਦਾ। ਕ੍ਰੋਧ ਦਾ ਤਿਆਗੀ ਹੋਵੇਗਾ, ਅਣਖੀ ਨਹੀਂ ਹੋ ਸਕਦਾ। ਲੋਭ ਦਾ ਤਿਆਗੀ ਹੋਵੇਗਾ, ਕਿਰਤੀ ਨਹੀਂ ਹੋ ਸਕਦਾ। ਬਾਬਾ ਨਾਮਦੇਵ ਜੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਜਦੋਂ ਤ੍ਰਿਲੋਚਨ ਨੇ ਇਹ ਗੱਲ ਕਹੀ ਨਾ ਵੀ ਨਾਮ ਤਾਂ ਨਾਮਾ ਮਾਇਆ ਬੋਇਆ ਕਹਿ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਇ ਲਓ ਰਾਮ ਨਾ ਲਵੋ ਚੀਤ। ਇਹ ਕੰਮ ਕਿਉਂ ਕਰਨਾ, ਕਾਰੋਬਾਰ ਕਿਉਂ ਕਰਨਾ? ਅਤੇ ਬੜਾ ਖੂਬਸੂਰਤ ਜਵਾਬ ਨਾਮਦੇਵ ਨੇ ਦਿੱਤਾ। ਕਹਿਣ ਲੱਗੇ ਨਾਮਾ ਕਹੇ ਤ੍ਰਿਲੋਚਨਾ ਮੁੱਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਾਉ। ਕਰਮ ਇਹ ਜਵਾਬ ਸੀ, ਹਾਥ ਪਾਉ ਕਰ ਕਾਮ ਸਾਉ, ਚੀਤ ਨਿਰੰਜਨ ਨਾਲ। ਇਸ ਲਈ ਕਰਮ ਨੂੰ ਧਰਮ ਦੀ ਲੋੜ ਹੈ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਜੇ ਧਰਮ ਨਾ ਹੋ, ਧਰਮ ਦਾ ਆਖਰੀ ਅਰਥ ਹੈ ਨਿਯਮ, ਇੱਕ ਉਹ ਬੰਧਨ ਜਿਹਦੇ ਵਿੱਚ ਕਿਸੇ ਚੀਜ਼ ਨੂੰ ਸਵਾਰਿਆ ਜਾ ਸਕਦਾ, ਸ਼ੁਭ ਨਹੀਂ ਬਣਾਇਆ ਜਾ ਸਕਦਾ, ਸੰਭਾਲਿਆ ਜਾ ਸਕਦਾ, ਉਹ ਕੰਮ ਗਲਤ ਨਹੀਂ। ਮੈਂ ਇੱਕ ਬਹੁਤ ਦੇਰ ਹੋਈ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਅਸੀਂ ਘਰ ਬਣਾਉਣੇ ਆ, ਇੱਟਾਂ ਸੀਮਿੰਟ ਲਿਆਉਣੇ, ਉਹ ਤੁਸੀਂ ਲਿਆ ਕੇ ਦਿੰਦੇ ਹੋ, ਅਤੇ ਮੈਂ ਕਰਜ਼ ਕੀਤੀ ਸੀ ਉਸ ਟਾਈਮ 'ਤੇ ਜਿਹੜਾ ਘਰ ਬਣਾਉਣ ਵਾਲਾ ਮਿਸਤਰੀ ਆਉਂਦਾ ਹੈ ਨਾ, ਉਹ ਦੋ ਚੀਜ਼ਾਂ ਆਪਦੇ ਨਾਲ ਲੈ ਕੇ ਆਉਂਦੇ, ਉਹ ਤੁਹਾਡੇ ਕੋਲੋਂ ਨਹੀਂ ਮੰਗਦਾ। ਅਤੇ ਮੈਂ ਅਰਜ਼ ਕੀਤੀ ਸੀ ਉਹ ਕੀ ਹੈ? ਉਹ ਹੈ ਸਾਲ ਅਤੇ ਸੂਤ। ਕਿਸੇ ਘਰ ਬਣਾਉਣ ਵਾਲੇ ਕੋਲ ਪੁੱਛਿਓ,
ਮਿਸਤਰੀ ਕੋਲ ਪੁੱਛਿਆ। ਉਹ ਬਾਕੀ ਚੀਜ਼ਾਂ ਤੇ ਤੁਹਾਨੂੰ ਆਖਦਾ, ਸੀਮਿੰਟ ਚੰਗਾ ਲਿਆ ਕੇ ਦੇਈ, ਇੱਟਾਂ ਮਜ਼ਬੂਤ ਹੋਣ, ਕੱਚੀਆਂ ਨਾ ਹੋਣ, ਉਹ ਸਭ ਕੁਝ ਤੁਸੀਂ ਲਿਆ ਕੇ ਦਿੰਦੇ ਹੋ, ਪਰ ਸਾਲ ਤੇ ਸੂਤ ਹਰ ਰੋਜ਼ ਉਹ ਆਪਣੇ ਕੋਲੋਂ ਨਾਲ ਲੈ ਕੇ ਆਉਂਦਾ ਤੇ ਨਾਲ ਹੀ ਲੈ ਜਾਂਦਾ, ਪਰ ਉਹ ਸਾਲ ਤੇ ਸੂਤ ਕੁਝ ਛੱਡ ਵੀ ਜਾਂਦੇ ਨੇ। ਹਾਂ, ਉਹ ਆਪਣਾ ਸਾਲ ਤੇ ਸੂਤ ਇੱਕ ਧਰਮ ਹੈ ਜਿਹੜਾ ਉਹਨਾਂ ਇੱਟਾਂ ਵਿੱਚ ਰਹਿ ਜਾਂਦਾ। ਅਤੇ ਉਹ ਧਰਮ ਕੀ ਹੈ? ਉਹ ਹਰ ਇੱਕ ਰਦੇ ਤੋਂ ਬਾਅਦ ਸਾਲ ਲਾ ਕੇ ਦੇਖਦਾ ਹੈ, ਪਹਿਲਾਂ ਸੂਤ ਲਾਉਂਦਾ ਫਿਰ ਸਾਲ ਲਾ ਕੇ ਦੇਖਦਾ, ਕੋਈ ਇੱਟ ਵੱਧ ਘੱਟ ਤਾਂ ਨਹੀਂ, ਆਪਣੀ ਮਰਜ਼ੀ ਨਾਲ ਤਾਂ ਨਹੀਂ ਵੱਧ ਘੱਟ ਹੋਈ, ਨਹੀਂ ਤਾਂ ਉਹਨੂੰ ਠੋਕਰ ਕੇ ਸਿੱਧੀ ਕਰਾਂ। ਨਿਯਮ ਕਰਮ ਨੂੰ ਧਰਮ ਚਾਹੀਦਾ ਹੈ। ਇੱਕ ਖਿਆਲ ਕਰਿਓ, ਜੇ ਧਰਮ ਨਾ ਹੋਵੇਗਾ ਕਰਮ ਪਾਪ ਬਣ ਜਾਏਗਾ। ਕਾਮ ਜੇ ਗ੍ਰਸਤ ਦੇ ਧਰਮ ਵਿੱਚ ਨਾ ਆਵੇ ਤਾਂ ਉਹ ਬਲਾਤਕਾਰ ਬਣ ਜਾਏਗਾ। ਇੱਕ ਖਿਆਲ ਕਰਿਓ, ਕ੍ਰੋਧ ਜੇ ਧਰਮ ਵਿੱਚ ਨਾ ਆਵੇ ਤਾਂ ਉਹ ਜ਼ੁਲਮ ਬਣ ਜਾਏਗਾ। ਕ੍ਰੋਧੀ ਆ ਮਨੁੱਖ ਦੀ, ਮਨੁੱਖ ਹੀ ਜ਼ੁਲਮ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ, ਹੈ ਕਲ ਮੂਲ ਕ੍ਰੋਧ ਕਦੰਚ ਕਰਨਾ ਨਾ ਉਹ, ਪਰ ਜਿੱਥੇ ਉੱਥੇ ਦਇਆ ਹੁੰਦੀ ਨਹੀਂ, ਅਤੇ ਦਇਆ ਨਾ ਹੋਵੇ ਤਾਂ ਧਰਮ ਕਿੱਥੋਂ ਆਉਣਾ? ਜਾਂ ਦਇਆ ਦੌਲ ਧਰਮ ਦਇਆ ਕਾਪੂਤ। ਗੁਰਬਾਣੀ ਹਰ ਇੱਕ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਕਰਦੀ ਹੈ ਕਿ ਇੱਕ ਖਿਆਲ ਕਰਿਓ, ਧਰਮ ਦੀ ਪਰਿਭਾਸ਼ਾ ਕੀ ਹੈ? ਕੇਵਲ ਇੱਕ ਚੰਗੇ ਨਿਯਮ ਵਿੱਚ ਰੱਖਣਾ। ਕਿਰਤ ਜਿਹੜੀ ਹੈ, ਕਰਮ ਜਿਹੜਾ ਹੈ, ਜੇ ਉਹਦੇ ਨਾਲ ਧਰਮ ਨਾ ਜੁੜੇ ਤਾਂ ਉਹ ਕਰਮ ਡਾਕੇ ਮਾਰੇਗਾ, ਚੋਰੀਆਂ ਕਰੇਗਾ, ਦੂਜੇ ਦਾ ਹੱਕ ਖੋਏਗਾ। ਅਤੇ ਜਦੋਂ ਉਹ ਧਰਮ ਨਾਲ ਜੁੜ ਜਾਏਗਾ ਫਿਰ ਉਹ ਕਿਰਤ ਕਰੇਗਾ, ਆਪਣਾ ਹੱਕ ਸੰਭਾਲੇਗਾ। ਖਿਆਲ ਕਰੋ, ਬੜਾ ਲੰਬਾ ਚੌੜਾ ਇਹ ਵਿਸਥਾਰ ਪੂਰਵਕ ਅੱਜ ਵਾਲਾ ਸਬਜੈਕਟ ਹੈ, ਮੈਂ ਸਮੇਟਣ ਦੀ ਕੋਸ਼ਿਸ਼ ਕਰ ਰਿਹਾ, ਮਹਿਸ ਕਰਾਂ। ਇੱਕ ਖਿਆਲ ਕਰਿਓ, ਇਸੇ ਲਈ ਪਹਿਲੜੀ ਲਾਮ ਵਿੱਚ ਇੱਕ ਲਫ਼ਜ਼ ਆ ਗਿਆ, ਉਹ ਕੀ ਸੀ? ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਉਹ ਹੁਣ ਅਗਲੀ ਲਾਈਨ ਪੜ੍ਹੋ, ਕਹਿਣ ਲੱਗੇ, ਬਾਣੀ ਬ੍ਰਹਮਾ ਵੇਦ ਧਰਮ ਦੇ ਰੁੜੋ। ਕਰਮ ਦੇ ਨਾਲ ਧਰਮ ਜ਼ਰੂਰੀ ਹੈ, ਪ੍ਰਵਿਰਤੀ ਕਰਮ ਵਿੱਚ ਧਰਮ ਦੀ ਬਹੁਤ ਜ਼ਰੂਰਤ ਹੈ। ਜੋ ਗ੍ਰਹੇ, ਹੁਣ ਬਾਬਾ ਕਬੀਰ ਜੀ ਦਾ ਉਹ ਲਾਈਨ ਪੜ੍ਹੋ, ਜੋ ਗ੍ਰਹੇ ਪ੍ਰਵਿਰਤੀ ਮਾਰਗ ਜਾਣਾ ਹੈ ਤਾਂ ਧਰਮ ਕਰ, ਧਰਮ ਨੂੰ ਨਾਲ ਜੋੜ ਕੇ ਰੱਖ, ਨਹੀਂ ਤਾਂ ਇੱਕ ਖਿਆਲ ਕਰੀ ਉਹ ਪ੍ਰਵਿਰਤੀ ਕਰਮ ਨਿਰਾ ਪਾਪਾਂ ਦਾ ਘਰ ਬਣ ਜਾਏਗਾ। ਆਪਣੀ ਰਸਨਾ ਤੋਂ ਗੁਰੂ ਚੌਥੇ ਪਾਤਸ਼ਾਹ ਜੀ ਨੇ ਪਹਿਲੀ ਲਾਮ ਵਿੱਚ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ, ਕਹਿਣ ਲੱਗੇ, ਅਗਲੀ ਲਾਈਨ ਪੜ੍ਹ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਉਹ ਤਾਂ ਕਿ ਪਾਪ ਤੇਰੇ ਨੇੜੇ ਨਾ ਆਉਣ, ਨਹੀਂ ਤਾਂ ਉਹ ਹੀ ਕੰਮ ਕਰਦ ਲੋ ਮੋਹੰਕਾਰ ਪਾਪ ਬਣ ਜਾਣਗੇ, ਜਦੋਂ ਉਹ ਹੀ ਧਰਮ ਨਾਲ ਜੁੜਨਗੇ ਉਹ ਕਿਰਤ ਬਣ ਜਾਣਗੇ, ਕਿਰਤ ਬਣ ਜਾਣਗੇ। ਇਸ ਲਈ ਆਪਣੀ ਰਚਨਾ ਤੋਂ ਇਹ ਗੱਲ ਬਾਬਾ ਕਬੀਰ ਜੀ ਨੇ ਆਖ ਦਿੱਤੀ ਕਿ ਜੋ ਗ੍ਰਹੇ ਤਾਂ ਧਰਮ ਕਰ। ਲੋ, ਮੈਂ ਇੱਥੇ ਹੈਰਾਨ ਹੋਇਆ, ਜੇ ਗ੍ਰਸਤੀ ਹੈ ਤਾਂ ਧਰਮ ਕਰ, ਇਹਦਾ ਮਤਲਬ ਹੋਰ ਕਿਸੇ ਨੂੰ ਧਰਮ ਨਹੀਂ ਚਾਹੀਦਾ ਹੈ? ਕਿਉਂਕਿ ਜੋ ਗ੍ਰਹਿ ਦਾ ਲਫ਼ਜ਼ ਤਾਂ ਇੱਕ ਸ਼ਰਤਵਾਚਕ ਹੈ, ਜੇ ਤੂੰ ਗ੍ਰਸਤੀ ਹੈ ਤਾਂ ਧਰਮ ਨਾਲ ਰੱਖ, ਤਾਂ ਕਿ ਤੇਰਾ ਕੰਮ ਕੁਦਲੋ ਮੋਹੰਕਾਰ ਤੇਰੀ ਵਰਤੋਂ ਵਿੱਚ ਵੀ ਆਵੇ, ਪਾਪ ਵੀ ਨਾ ਬਣ ਸਕੇ। ਜੋ ਗ੍ਰਹਿ ਤਾਂ ਧਰਮ ਕਰ। ਮੈਂ ਹੈਰਾਨ ਹੋਇਆ, ਸਾਡੇ ਆਮ ਜੀਵਨ ਵਿੱਚ ਕਿੱਡਾ ਭੁਲੇਖਾ ਹੈ, ਅਸੀਂ ਤਾਂ ਜਿਹਨਾਂ ਘਰ ਛੱਡ ਦਿੱਤਾ ਉਹਨਾਂ ਨੂੰ ਧਰਮੀ ਸਮਝਦੇ ਹਾਂ, ਸਾਡੀ ਨਿਗਾਹ ਵਿੱਚ ਧਰਮੀ ਗ੍ਰਸਤੀ ਨਹੀਂ, ਬਲਕਿ ਜਿਹਨੇ ਭੇਖ ਬਣਾਇਆ ਹੋਇਆ, ਜਿਹੜਾ ਸਾਧ ਬਣਿਆ ਹੋਇਆ, ਜਿਹਨੇ ਘਰ ਛੱਡਿਆ ਹੋਇਆ, ਅਨੀ ਉਸ ਅਸੀਂ ਉਹਨੂੰ ਧਰਮੀ ਸਮਝਦੇ ਹਾਂ। ਅਸੀਂ ਸਾਧ ਸੰਤ ਦੀ ਪੂਜਾ ਇਸ ਲਈ ਕਰ ਰਹੇ ਹਾਂ ਨਾ। ਮੈਂ ਚਾਹੁੰਦਾ ਇਹ ਅਗਲਾ ਸਬਜੈਕਟ ਮੈਂ ਅਗਲੇ ਹਫ਼ਤੇ ਬੇਸ਼ੱਕ ਔਨਲਾਈਨ ਹੀ ਕਰੀਏ, ਆਪਾਂ ਇਸ ਸਬਜੈਕਟ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨਾ ਹੈ।
ਹੈਰਾਨਗੀ ਦੀ ਗੱਲ ਹੈ ਕਿ ਜਿਹਨੇ ਘਰ ਛੱਡ ਦਿੱਤਾ ਹੈ ਉਹਨੂੰ ਤਾਂ ਗੁਰੂ ਕਹਿੰਦੇ ਨੇ ਬੇਸ਼ੱਕ ਧਰਮ ਕਰ ਨਾ ਧਰਮ ਕਰ, ਇਹ ਜਾਓ ਗ੍ਰਹੇ ਤਾਂ ਧਰਮ ਕਰ, ਜੇ ਤੂੰ ਗ੍ਰਿਸਤੀ ਬਣਨਾ ਹੈ ਤਾਂ ਧਰਮ ਕਰ, ਤੈਨੂੰ ਧਰਮ ਬਹੁਤ ਜ਼ਰੂਰੀ ਹੈ ਕਿਉਂਕਿ ਤੇਰੇ ਕੋਲ ਕਰਮ ਖੇਤਰ ਹੈ, ਕਰਮ ਨੂੰ ਧਰਮ ਚਾਹੀਦਾ। ਇਸ ਲਈ ਗੁਰਬਾਣੀਆਂ ਦੀ ਗੱਲ ਨਹੀਂ, ਅਨੇਕਾਂ ਥਾਵਾਂ 'ਤੇ ਸਪਸ਼ਟ ਕੀਤਾ ਗਿਆ, ਜਿੱਥੇ ਧਰਮ ਕਮਾਇਆ ਕਰਾਵੇ ਕਰਮ ਤੁਰੋਂ ਫਰਮਾਇਆ, ਉੱਥੇ ਗੁਰੂ ਜੀ ਨੇ ਇਹ ਵੀ ਆਖ ਦਿੱਤਾ, ਕਹਿਣ ਲੱਗੇ ਧਰਮ ਕਰਮ ਪੂਰੇ ਸਤਿਗੁਰੂ ਭਾਈ ਹੈ, ਭਲੇ ਉਹ ਚਿਰਾਗ ਅੰਧਿਆਰਮੈ ਸਭ ਕਲ ਉਧਰੀ ਇੱਕ ਨਾਮ ਧਰਮ। ਗੁਰੂ ਧਰਮ ਸਿਖਾਉਣ ਤਾਂ ਆਇਆ, ਇਸ ਲਈ ਕਹਿੰਦਾ ਮੈਂ ਬੱਧੀ ਸੱਚ ਧਰਮਸਾਲ ਹੈ, ਅਤੇ ਆਪ ਵੀ ਗ੍ਰਹੀ ਹੈ ਅਤੇ ਅਗਾਂਹ ਸਿੱਖੀ ਨੂੰ ਵੀ ਗ੍ਰਹੀ ਬਣਾਇਆ, ਕਿਉਂਕਿ ਗ੍ਰਹੀ ਨੂੰ ਹੀ ਕਰਮ ਕਰਨਾ ਅਤੇ ਗ੍ਰਹੀ ਨੇ ਹੀ ਧਰਮ ਕਮਾਉਣਾ। ਇਸ ਲਈ ਮੈਂ ਹੈਰਾਨ ਹੋਇਆ ਵੀ ਇੱਕ ਗੱਲ ਸਪਸ਼ਟ ਬਾਬਾ ਕਬੀਰ ਜੀ ਨੇ ਸਟ੍ਰੈਸ ਕਰਕੇ ਕਿਉਂ ਆਖੀ, ਜੋ ਗ੍ਰਹਿ ਤਾਂ ਧਰਮ ਕਰ, ਜੇ ਤੂੰ ਗ੍ਰਿਸਤੀ ਹੋਣਾ, ਜੇ ਪਰਿਵਾਰਕ ਹੋਣਾ, ਜੇ ਪ੍ਰਵਿਰਤੀ ਮਾਰਗ ਵਿੱਚ ਜਾਣਾ ਤਾਂ ਤੇਰੇ ਲਈ ਜ਼ਰੂਰੀ ਸ਼ਰਤ ਹੈ ਕਿ ਤੂੰ ਧਰਮ ਕਰ। ਪਰ ਅਸੀਂ ਉਲਟ ਦੇਖ ਰਹੇ ਹਾਂ, ਉਲਟ ਦੇਖ ਰਹੇ ਹਾਂ, ਜਿਹੜਾ ਘਰ ਛੱਡ ਕੇ, ਪ੍ਰਵਿਰਤੀ ਮਾਰਗ ਛੱਡ ਕੇ, ਪਰਿਵਾਰ ਛੱਡ ਕੇ ਜਾ ਕੇ ਡੇਰਿਆਂ ਵਿੱਚ ਬੈਠਾ, ਭੋਰਿਆਂ ਵਿੱਚ ਬੈਠਾ, ਜੰਗਲਾਂ ਵਿੱਚ ਬੈਠਾ, ਅਸੀਂ ਸਮਝਦੇ ਹਾਂ ਉਹ ਧਰਮੀ ਹੈ, ਅਸੀਂ ਧਰਮ ਸਿੱਖਣ ਉਹਦੇ ਕੋਲੋਂ ਜਾਂਦੇ ਹਾਂ ਜਿਹੜਾ ਆਪ ਧਰਮੀ ਨਹੀਂ। ਗੁਰਬਾਣੀ ਨੂੰ ਜਿਉਂ ਜਿਉਂ ਖੋਜੀਏ ਬੜਾ ਸਵਾਦ ਆਉਂਦਾ, ਅਸੀਂ ਉਹਨਾਂ ਕੋਲ ਧਰਮ ਪੁੱਛਣ ਜਾਂਦੇ ਹਾਂ ਜਿਹੜੇ ਆਪ ਧਰਮ ਧਰਮ ਦਾ ਖੇਤਰ ਹੀ ਛੱਡ ਗਏ ਨੇ। ਧਰਮ ਦਾ ਖੇਤਰ ਤਾਂ ਕਰਮ ਹੈ ਅਤੇ ਕਰਮ ਤਿਆਗ ਗਏ ਨੇ। ਮੈਂ ਤਾਂ ਹੈਰਾਨ ਹੁੰਦਾ, ਜਿਹੜਾ ਕੁਛ ਮਾਇਆ, ਕੁਝ ਕੱਪੜੇ, ਕੁਝ ਭੋਜਨ, ਕੋਈ ਫਲ ਫਰੂਟ ਲੈ ਕੇ ਗਿਆ ਉਹਨਾਂ ਦੇ ਛਕਣ ਲਈ, ਉਹ ਤਾਂ ਜ਼ਮੀਨ 'ਤੇ ਬੈਠਾ, ਨਮਸਕਾਰ ਕਰਕੇ ਜ਼ਮੀਨ 'ਤੇ ਬੈਠਾ, ਅਤੇ ਜਿਹੜਾ ਉਡੀਕ ਵਾ ਕਰਦਾ ਕਿ ਕੋਈ ਰੋਟੀ ਲਿਆਵੇਗਾ, ਕੋਈ ਲੰਗਰ ਕਿਤੋਂ ਬਣ ਕੇ ਆਵੇਗਾ ਤਾਂ ਮੈਂ ਛਕਾਂਗਾ, ਕੋਈ ਮੇਰੇ ਲਈ ਬਸਤਰ ਲਿਆਵੇਗਾ ਤਾਂ ਮੈਂ ਪਾਵਾਂਗਾ, ਜਿਹੜਾ ਇਸ ਤਰ੍ਹਾਂ ਦਾ ਮੁਹਤਾਜ ਹੈ ਉਹ ਸਿੰਘਾਸਣ ਲਾ ਕੇ ਬੈਠਾ। ਸਭ ਕੁਛ ਉਲਟ ਹੋ ਰਿਹਾ, ਹੋ ਕਿਉਂ ਰਿਹਾ ਹੈ? ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗਹਿਰਾਈ ਵਿੱਚ ਨਹੀਂ ਜਾ ਰਹੇ। ਗੁਰੂ ਕਹਿੰਦੇ ਜਿੰਨੇ ਕਰਮ ਕਰਨਾ ਹੈ, ਕਿਰਤ ਕਰਨੀ ਹੈ, ਧਰਮ ਉਹਨੂੰ ਚਾਹੀਦਾ, ਜੋ ਗ੍ਰਹਿ ਤਾਂ ਧਰਮ ਕਰ। ਇਸੇ ਲਈ ਪਹਿਲੀ ਲਾਮ ਵਿੱਚ ਹੀ ਸਪਸ਼ਟ ਕਰ ਦਿੱਤਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਅਤੇ ਅਗਲੀ ਲਾਈਨ ਵਿੱਚ ਆਖ ਦਿੱਤਾ ਬਾਣੀ ਬ੍ਰਹਮਾ ਵੇਦ ਧਰਮ ਦਰੜੋ ਪਾਪ ਤਜਾਇਆ ਬਲਰਾਮ ਜੀਓ। ਹੇ ਗ੍ਰਿਸਤੀ, ਜੇ ਤੂੰ ਗ੍ਰਹੀ ਪਰਿਵਾਰਕ ਗ੍ਰਿਸਤ ਜੀਵਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਸਫਲਤਾਪੂਰਵਕ ਨਿਭਾਉਣਾ ਚਾਹੁੰਦਾ ਹੈ ਤਾਂ ਧਰਮ ਨਾਲ ਰੱਖ, ਅਸਲ ਧਰਮੀ ਤੂੰ ਹੈ, ਤੂੰ ਬਣ ਸਕਣਾ ਕਿਸੇ ਡੇਰੇ ਵਾਲਿਆਂ ਨੇ। ਅਗਲੀ ਵਾਰ ਸਬਜੈਕਟ ਆਪਾਂ ਇਸ ਨੂੰ ਸਪਸ਼ਟ ਕਰਾਂਗੇ, ਹੁਣ ਸਮਾਂ ਹੋ ਗਿਆ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਬੜੀ ਖੂਬਸੂਰਤ ਗੱਲ ਸੀ, ਮੈਂ ਹੈਰਾਨ ਹੁੰਦਾ ਅੱਜ ਅਸੀਂ ਧਰਮੀ ਉੱਧਰ, ਔਰ ਹਰ ਪਾਸੇ ਜਦੋਂ ਦੇਖਣਾ ਮੈਂ ਤਾਂ ਡੇਰਿਆਂ ਵਿੱਚ, ਜੰਗਲਾਂ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਧਰਮੀ ਆਖ ਰਹੇ ਨੇ, ਹੈ ਨਾ, ਉਹ ਇੱਕ ਸੌਦਾਗਰ ਹੈ ਨਾ, ਇੱਕ ਵਪਾਰੀ, ਔਰ ਵਪਾਰ ਵੀ ਉਹ ਜਿਹੜਾ ਵਪਾਰ ਚੰਗਾ ਗ੍ਰਹੀ ਧਰਮੀ ਗ੍ਰਹੀ ਨਹੀਂ ਕਰ ਰਿਹਾ। ਹੁਣ ਦੇਖੋ ਅੱਜ ਅਸੀਂ ਦੇਖਦੇ ਕੀ ਹਾਂ, ਡੇਰਿਆਂ ਵਿੱਚ ਬੈਠੇ ਉਹ ਹੀ ਵਪਾਰੀ ਨੇ, ਮਤ ਸਮਝੋ ਕਿ ਉਹ ਧਰਮੀ ਨੇ, ਆਪਣਾ ਆਪਣਾ ਸੌਦਾ। ਜਿੰਨੇ ਸਿਆਸੀ ਲੋਕ ਨੇ ਉਹਨਾਂ ਦੇ ਦਰਬਾਰਾਂ ਵਿੱਚ ਆਉਂਦੇ ਨੇ, ਕਿਉਂ? ਕਿਉਂਕਿ ਉਹਨਾਂ ਨੂੰ ਵੋਟ ਚਾਹੀਦੀ ਹੈ, ਵੋਟ ਬੈਂਕ ਉਹਨਾਂ ਕੋਲ ਹੈ, ਜਿਹੜਾ ਜਿਹਦੇ ਕੋਲ ਆਉਂਦਾ ਵੋਟ ਬੈਂਕ ਉਹਦੇ ਕੋਲ ਹੈ, ਇਸ ਵਾਸਤੇ ਉਹਨਾਂ ਕੋਲ ਆਉਂਦੇ ਨੇ, ਅਤੇ ਬਦਲੇ ਵਿੱਚ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ,
ਮੈਂ ਬਸ ਮਨਨ ਦੀ ਸੋਚ ਰਿਹਾ ਸੀ ਵੀ ਇੱਕ ਗਰੀਬ ਬੰਦਾ ਦੋ ਕਮਰਿਆਂ ਦਾ ਘਰ ਬਣਾਵੇ ਆਪਣਾ ਵਿਚਾਰਾ ਸਿਰ ਲੁਕਾਉਣ ਲਈ, ਉਹਨੂੰ ਪ੍ਰੋਪਰਟੀ ਟੈਕਸ ਲੱਗ ਜਾਂਦਾ ਅਤੇ ਡੇਰੇਦਾਰ ਭਾਵੇਂ ਕਰੋੜਾਂ ਰੁਪਏ ਦਾ ਡੇਰਾ ਬਣਾ ਲੈਣ, ਭਾਵੇਂ ਕੀਮਤੀ ਕਾਰਾਂ 'ਤੇ ਰਹਿਣ, ਭਾਵੇਂ ਐਸ਼ ਜਿੰਨੀ ਮਿਊਜ਼ਿਕ ਕਰਨ, ਉਹਨਾਂ 'ਤੇ ਕੋਈ ਟੈਕਸ ਨਹੀਂ। ਫਿਰ ਕਿੱਡੀ ਅਜੀਬ ਗੱਲ ਹੈ, ਉਹ ਕਿਉਂ ਇਹ ਛੋਟਾਂ ਕਿਉਂ ਮਿਲੀਆਂ ਨੇ? ਕਿਉਂਕਿ ਉਹਨਾਂ ਨੂੰ ਧਰਮੀ ਸਮਝ ਲਿਆ ਗਿਆ, ਧਰਮੀ ਬਣਾ ਦਿੱਤਾ ਗਿਆ। ਪਰ ਸ਼੍ਰੀ ਗੁਰੂ ਗੋਬਿੰਦ ਸਾਹਿਬ ਲਿਹਾਜ਼ ਨਹੀਂ ਕਰਦੇ, ਬਾਬਾ ਕਬੀਰ ਲਿਹਾਜ਼ ਨਹੀਂ ਕਰਦੇ, ਕਹਿੰਦੇ ਨੇ ਭਲਿਆ ਅਸਲ ਵਿੱਚ ਧਰਮੀ ਜਿਹੜਾ ਹੈ ਉਹ ਹੈ ਗ੍ਰਿਸਤੀ। ਜੇ ਉਹ ਕਰਮ ਨੂੰ ਧਰਮ ਵਿੱਚ ਪ੍ਰਵੇਸ਼ ਕਰਨਾ, ਅਸੀਂ ਕਰਮ ਨੂੰ ਧਰਮ ਦੇ ਬੰਧਨ ਵਿੱਚ ਰੱਖਣਾ ਹੈ, ਕਰਮ ਨੂੰ ਧਰਮ ਨਾਲ ਸਜਾ ਕੇ ਸਾਲ ਅਤੇ ਸੂਤ ਵਾਂਗੂ ਉਹਨੂੰ ਸੋਚ ਕੇ ਰੱਖਣਾ ਵੀ ਕਰਮ ਕਿਤੇ ਪਾਪ 'ਤੇ ਨਹੀਂ ਬਣਦਾ। ਜਿਸ ਦਿਨ ਧਰਮ ਨਾਲ ਸੰਬੰਧਿਤ ਹੋ ਜਾਏਗਾ ਫਿਰ ਪਾਪ ਤਜਾਇਆ ਬਲਰਾਮ ਜੀ, ਫਿਰ ਉਸ ਦਿਨ ਪਾਪ ਨਹੀਂ ਬਣੇਗਾ। ਕਾਮ ਕ੍ਰੋਧ ਲੋਭ ਅਹੰਕਾਰ ਜੇ ਮਾਨੋ ਇਹ ਚੀਜ਼ਾਂ ਜਿਹੜੀਆਂ ਦੇ ਇੱਕ ਪਾਸੇ ਪਾਪ ਕਹੀਆਂ ਗਈਆਂ ਨੇ, ਜਦੋਂ ਧਰਮ ਨਾਲ ਜੁੜ ਗਈਆਂ ਉਹ ਹੋਈ ਜੀਵਨ ਦੀਆਂ ਸਾਰੀਆਂ ਲੋੜਾਂ ਬਣ ਕੇ ਬਾਬਾ ਨਾਮਦੇਵ ਜੀ ਦੇ ਕਹਿਣ ਵਾਂਗੂ ਆਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹੋ ਗੱਲ ਬਾਬਾ ਕਬੀਰ ਜੀ ਨੇ ਇਸ ਲਾਈਨ ਵਿੱਚ ਸਮਝਾਈ ਹੈ। ਆਪਾਂ ਇਸ ਲਾਈਨ ਨੂੰ ਹੋ ਸਕਦਾ ਆਉਣ ਵਾਲੇ ਇੱਕ ਵੀਕ ਜਾਂ ਦੋ ਵੀਕਾਂ 'ਚ ਇਹਨੂੰ ਹੋਰ ਸਪਸ਼ਟ ਕਰੀਏ। ਬਾਬਾ ਕਬੀਰ ਕਹਿੰਦੇ ਨੇ ਭਰਿਆ ਜੇ ਤੂੰ ਗ੍ਰਿਹੀ ਹੈ ਤਾਂ ਸਵਾਲ ਖੜਾ ਹੋਇਆ ਹੈ ਕੌਣ ਗ੍ਰਿਹੀ ਕੌਣ ਉਦਾਸੀ। ਜੇ ਤੂੰ ਗ੍ਰਸਤ ਆਸ਼ਰਮ ਵਿੱਚ ਰਹਿ ਕੇ ਪਰਿਵਾਰਕ ਜੀਵਨ ਵਿੱਚ ਸੁਚੱਜੀਆਂ ਜ਼ਿੰਮੇਵਾਰੀਆਂ ਭੁਗਤਾਉਣਾ ਚਾਹੁੰਦਾ ਤਾਂ ਧਰਮੀ ਹੋ, ਧਰਮ ਨੂੰ ਵੱਖ ਨਾ ਕਰੀਂ। ਧਰਮ ਤੇਰੇ ਲਈ ਹੈ, ਜਿਹਦੇ ਕੋਲ ਕਰਮ ਹੈ ਉਹਦੇ ਉਹਨੂੰ ਧਰਮ ਦੀ ਲੋੜ ਹੈ। ਜਿਹਦੇ ਕੋਲ ਇੱਟਾਂ ਪੱਥਰ ਕੋਈ ਨਹੀਂ, ਜਿਹਦੇ ਕੋਲ ਸੀਮਿੰਟ ਕੋਈ ਨਹੀਂ, ਉਹਦੇ ਕੋਲ ਮਿਸਤਰੀ ਸਾਲ ਸੂਤ ਲਿਜਾ ਕੇ ਵੀ ਕੀ ਕਰੇਗਾ, ਕੋਈ ਕੰਮ ਨਹੀਂ। ਇਸ ਲਈ ਹੇ ਗ੍ਰਿਹੀ ਹੇ ਪਰਿਵਾਰਕ, ਜੇ ਤੂੰ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਜਿਉਣ ਜਿਉ ਦੀਵਾਨਾ ਚਾਹੁੰਦਾ ਤਾਂ ਧਰਮੀ ਬਣ, ਤਾਂ ਕਿ ਧਰਮ ਜਿਹੜਾ ਉਹ ਤੇਰੇ ਕਰਮਾਂ ਨੂੰ ਸੇਧ ਦੇਵੇ। ਗੁਰੂ ਬਾਬਾ ਕਬੀਰ ਜੀ ਦੀ ਰਸਨਾ ਤੋਂ ਵੀ ਇਹੋ ਗੱਲ ਆਖਦੇ ਨੇ। ਕਬੀਰ ਜੋ ਗ੍ਰਹਿ ਤਾਂ ਧਰਮ ਕਰ, ਕਬੀਰ ਜੋ ਗ੍ਰਹਿ ਕਰ ਤਾਂ ਧਰਮ ਕਰ, ਨਹੀਂ ਤਾਂ ਜੇ ਧਰਮ ਨਹੀਂ ਕਰ ਸਕਦਾ ਇਹਦਾ ਮਤਲਬ ਵੈਰਾਗੀ ਵਾਸਤੇ ਧਰਮ ਨਹੀਂ। ਜੇ ਗ੍ਰਿਹੀ ਤੂੰ ਧਰਮ ਨਹੀਂ ਕਰ ਸਕਦਾ ਤਾਂ ਵੈਰਾਗੀ ਹੋ ਜਾਏ ਇਹਦਾ ਮਤਲਬ ਵੈਰਾਗੀ ਨੂੰ ਧਰਮ ਦੀ ਲੋੜ ਨਹੀਂ, ਅਸੀਂ ਉਹਨੂੰ ਧਰਮੀ ਸਮਝੀ ਬੈਠੇ ਹਾਂ। ਫੈਸਲਾ ਬਾਬਾ ਕਬੀਰ ਜੀ ਦੇ ਕਹਿੰਦੇ ਨਹੀਂ ਤਾਂ ਕਰ ਬੈਰਾਗੀ, ਨਹੀਂ ਤਾਂ ਕਰ ਬੈਰਾਗ। ਕਬੀਰ ਜੋ ਗ੍ਰਹਿ ਕਰ ਤਾਂ ਧਰਮ ਕਰ, ਜੋ ਗ੍ਰਹਿ ਤਾਂ ਧਰਮ ਕਰ, ਜੋ ਗ੍ਰਹਿ ਮਾਨੋ ਸਾਨੂੰ ਇੱਕ ਬੜੀ ਵੱਡੀ ਅਗਵਾਈ ਦੀ ਲੋੜ ਸੀ ਜਿਹੜੀ ਮਿਲ ਗਈ। ਉਹ ਭਲੇ ਹੋ ਧਰਮੀ ਤਾਂ ਤੁਸੀਂ ਹੋ ਜੇ ਧਰਮ ਨਾਲ ਜੋੜ ਲਓ, ਕਿਉਂਕਿ ਕਰਮ ਤੁਹਾਡੇ ਕੋਲ ਹੈ। ਗ੍ਰਿਸਤੀ ਦਾ ਜੀਵਨ ਕਰਮ ਤੋਂ ਵੱਖ ਨਹੀਂ ਹੋ ਸਕਦਾ।
उन्दे हर कदम ते हर मोड़ ते हर पल विच करम दी लोड़ है। धर्म जिहड़ा जंगलां विच बैठा उन्हूं तां कोई लोड़ नहीं, इसलिए करम वाले नूं ही धर्म दी लोड़ है। जिहड़ा सिर्फ कल्ला कर्म करदा हां उन्हूं बचन दी लोड़ है, उन्दा कर्म जिहड़ा धर्म तों विछड़ के पाप बन जांदा है। इसलिए कर्म नूं जिहड़ा गृहस्थी लई बहुत जरूरी है, उस कर्म नूं धर्म नाल जोड़। जो ग्रहे तां धर्म कर, उस नियम विच रख, उन्हूं किसे बंधन विच रख, ताकि कर्म एक कीर्त बने, चोरी डाका ना बने, लोभ किरत बने, चोरी डाके ना बने, मोह जे भला ना होवे तो बच्चियां नू समाज नू परिवार नू कौन पालेगा, मोह दी लोड़ है ना। जे मोह ना होवेगी असी बच्चियां नू किवें पाल सकांगे। पर मोह नू जदों तुसी धर्म दे नियम विच रखदे हो फिर वह किसे नू पालना दा जरिया बनदा है। हंकार जे हंकार नू नियम धर्म दे नियम विच लै आओगे तो स्वयमान बनेगा, अपनी इज्जत अपनी मान अपने सन्मान लई सब कुछ मनुख करदा है। ख्याल करियो इसे तरह जदों असी काम नू धर्म दे नियम विच लै आवांगे तां ग्रस्त बनेगा, नहीं तां बलात्कार बनेगा। सतगुरु ने इसलिए आख्या जाओ ग्रह तां धर्म कर। बाबा कबीर जी का यह मैसेज सारे ग्रस्ती प्रवृत्ति मार्ग लई बड़ी खूबसूरत अगवाई है, जे असी इस नू अच्छी तरह चंगी तरह बड़े ध्याने नाल समझ लईए। इन्हां शब्दां नाल खिमांदा जा चिता फतेह बुलाओ। वाहिगुरु जी का खालसा, वाहिगुरु जी की फतेह।